ਬਿਲਕੁਲ ਡੂਮ ਵਾਲੀ ਤੋਂ ਡੱਬ ਵਾਲੀ ਦੇ ਬਾਰਡਰ ਤੇ ਅਸੀਂ ਖੜੇ। ਇੱਕ ਵਾਰ ਤੁਹਾਨੂੰ ਤਸਵੀਰਾਂ ਐਕਸਪਲੇਨ ਕਰਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ। ਇੱਕ ਵਾਰ ਇਸ ਸਾਈਡ ਤਸਵੀਰਾਂ ਵੇਖ ਲਓ ਕਿ ਆਖਿਰਕਾਰ ਕਿਸ ਤਰ੍ਹਾਂ ਦਾ ਬੰਦੋਬਸਤ ਹੈ ਜਿਹੜਾ ਪੁਲਿਸ ਵੱਲੋਂ ਹਰਿਆਣਾ ਪੁਲਿਸ ਵੱਲੋਂ ਕੀਤਾ ਜਾ ਰਿਹਾ। ਇੱਕ ਵਾਰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਉਹ ਵਾਇਰਿੰਗ ਕੀਤੀ ਜਾ ਰਹੀ ਹੈ, ਖਾਸ ਤੌਰ ਤੇ ਸੀਸੀਟੀਵੀ ਕੈਮਰੇ ਨੇ ਉਹ ਇੰਸਟਾਲ ਕੀਤੇ ਜਾ ਰਹੇ ਨੇ, ਕਿਉਂਕਿ ਸੀਸੀਟੀਵੀ ਕਿਤੇ ਨਾ ਕਿਤੇ ਇਸ ਕਰਕੇ ਅਹਿਮ ਹੋ ਜਾਂਦੇ ਨੇ ਕਿ ਸੀਸੀਟੀਵੀ ਦੇ ਰਸਤੇ ਹੀ ਪਤਾ ਲੱਗ ਜਾਂਦਾ ਕਿ ਕੌਣ ਲੋਕ ਆ ਰਹੇ ਹੈ, ਕਿੰਨੀ ਤਾਦਾਦ ਦੇ ਵਿੱਚ ਕਿਸਾਨ ਨੇ, ਕੌਣ ਕੌਣ ਬੰਦੇ ਨੇ। ਤਾਂ ਕਰਕੇ ਸੀਸੀਟੀਵੀ ਦੀ ਵਾਇਰਿੰਗ ਹੈ ਉਹ ਕਰਨ ਦੇ ਵਿੱਚ ਪ੍ਰਸ਼ਾਸਨ ਲੱਗਿਆ ਹੋਇਆ। ਇੱਕ ਵੱਡਾ ਹਾਈਡਰਾ ਮਸ਼ੀਨ ਹੈ ਜਿਸ ਦੇ ਨਾਲ ਵਾਇਰਿੰਗ ਹੈ ਉਹ ਲਗਾਤਾਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਬੈਰੀਗੇਟ ਦੇਖੋ, ਅਸੀਂ ਬੈਰੀਗੇਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਕੰਡਿਆਲੀ ਤਾਰ ਦੇ ਨਾਲ ਬੈਰੀਗੇਟ ਹੈ ਉਹ ਇੱਕ ਤਰੀਕੇ ਦੇ ਨਾਲ ਤਿਆਰ ਕੀਤੇ ਗਏ ਨੇ ਤਾਂ ਜੋ ਅੱਗੇ ਇਸ ਬੈਰੀਗੇਟ ਨੂੰ ਤੋੜਿਆ ਨਾ ਜਾ ਸਕੇ। ਔਰ ਬੈਰੀਗੇਟ ਇੱਕ ਦੂਜੇ ਦੇ ਨਾਲ ਵੈਲਡ ਵੀ ਕੀਤੇ ਹੋਏ ਨੇ। ਤੁਸੀਂ ਵੇਖੋ ਤਸਵੀਰਾਂ 'ਚ ਕਿ ਅੱਗੇ ਬੈਰੀਗੇਟ ਸਿੰਗਲ ਸਿੰਗਲ ਲੱਗੇ ਹੁੰਦੇ ਸੀ, ਇਸ ਵਾਰ ਬੈਰੀਗੇਟ ਹੈ ਜਿਹੜੇ ਇੱਕ ਦੂਜੇ ਦੇ ਨਾਲ ਵੈਲਡਿੰਗ ਦੇ ਨਾਲ ਵੈਲਡ ਕੀਤੇ ਗਏ ਨੇ ਤਾਂ ਜੋ ਇਹਨਾਂ ਨੂੰ ਇੱਧਰ ਉੱਧਰ ਕਰਨ ਦੇ ਵਿੱਚ ਆਸਾਨੀ ਨਾ ਹੋਵੇ, ਆਸਾਨੀ ਦੇ ਨਾਲ ਬੈਰੀਗੇਟ ਨਾ ਟੁੱਟ ਸਕਣ। ਇਸ ਤਰ੍ਹਾਂ ਦੇ ਇੰਤਜ਼ਾਮ ਨੇ ਜਿਹੜੇ ਉਹ ਡੱਬ ਵਾਲੀ ਬਾਰਡਰ ਤੇ ਨਜ਼ਰ ਆ ਰਹੇ ਨੇ। ਅੱਗੇ ਮਸ਼ੀਨਾਂ ਖੜੀਆਂ ਨੇ, ਜੇਸੀਬੀ ਮਸ਼ੀਨ ਖੜੀ ਹੈ, ਹਾਈਡਰਾ ਖੜੀ ਨਜ਼ਰ ਆ ਰਹੀ ਹੈ। ਔਰ ਦੂਸਰੇ ਪਾਸੇ ਤੁਹਾਨੂੰ ਅੱਗੇ ਤੋਂ ਤਸਵੀਰਾਂ ਵੀ ਦਿਖਾਉਣੇ ਆ ਕਿ ਆਖਿਰਕਾਰ ਅੱਗੇ ਇੰਤਜ਼ਾਮ ਕਿਸ ਤਰ੍ਹਾਂ ਦੇ ਨੇ ਅੱਗੇ। ਹਾਲਾਂਕਿ ਰਸਤੇ ਨੂੰ ਹੁਣੇ ਬਲੌਕ ਨਹੀਂ ਕੀਤਾ ਗਿਆ ਕਿਉਂਕਿ ਹਜੇ ਇਹ ਰਸਤਾ ਹੈ ਜਿਹੜਾ ਉਹ ਲਗਾਤਾਰ ਚਾਲੂ ਆ, ਪਰ ਰਸਤੇ ਨੂੰ ਕਿਸੇ ਟਾਈਮ ਵੀ ਬਲੌਕ ਕਰਨਾ ਹੋਵੇ ਉਸ ਨੂੰ ਲੈ ਕੇ ਸਟ੍ਰੈਟਜੀ ਬਣਾਈ ਜਾ ਰਹੀ ਹੈ। ਉਸ ਨੂੰ ਲੈ ਕੇ ਪਾਸੇ ਵੱਡੇ ਵੱਡੇ ਜਿਹੜੇ ਸਿਮੈਂਟ ਦੇ ਜਿਹੜੀਆਂ ਸਲੈਬਸ ਨੇ ਉਹ ਤੁਹਾਨੂੰ ਨਜ਼ਰ ਆ ਰਹੀਆਂ ਨੇ। ਜਿਹੜੀ ਸੀਸੀਟੀਵੀ ਦੀ ਗੱਲ ਕੀਤੀ ਸੀ ਆ ਦੇਖੋ, ਉਹ ਸੀਸੀਟੀਵੀ ਆ ਬੱਚੇ ਦਸਤੇ ਨਜ਼ਰ ਆ ਰਹੇ, ਸੀਸੀਟੀਵੀ ਇੰਸਟਾਲ ਕੀਤੇ ਜਾ ਰਹੇ ਨੇ ਕਿਉਂਕਿ ਸੀਸੀਟੀਵੀ ਦੇ ਨਾਲ ਸਰਵਲੈਂਸ ਰੱਖੀ ਜਾ ਰਹੀ ਹੈ। ਦੂਸਰੇ ਪਾਸੇ ਪਿਛਲੇ ਪਾਸੇ ਤੁਹਾਨੂੰ ਦਿਖਾਊਂਗਾ ਕਿ ਡਰੋਨ ਕੈਮਰੇ ਦੀ ਮਦਦ ਵੀ ਲਈ ਜਾਣੀ ਹੈ ਕਿਉਂਕਿ ਡਰੋਨ ਕੈਮਰੇ ਦੇ ਨਾਲ ਹਰ ਕਿਸੇ ਦੀ ਲੋਕੇਸ਼ਨ ਨੂੰ ਈਜ਼ੀ ਟਰੈਕ ਕੀਤਾ ਜਾ ਸਕਦਾ। ਅੱਗੇ ਕੌਣ ਹੈ, ਕਿਸ ਤਰ੍ਹਾਂ ਦੇ ਇੰਤਜ਼ਾਮ ਨੇ, ਕਿੰਨੀ ਵੱਡੀ ਗਿਣਤੀ ਕਿਸਾਨ ਆ ਸਕਦੇ ਨੇ, ਤਮਾਮ ਇਹਨਾਂ ਚੀਜ਼ਾਂ ਨੂੰ ਲੈ ਕੇ ਸੀਸੀਟੀਵੀ ਕੈਮਰੇ ਹੋ ਗਏ, ਡਰੋਨ ਕੈਮਰਾ ਹੋ ਗਿਆ, ਇਹਨਾਂ ਦੀ ਮਦਦ ਜ਼ਾਹਿਰ ਤੌਰ ਤੇ ਲਈ ਜਾਣੀ ਹੈ। ਹਾਲਾਂਕਿ ਕਿਸਾਨਾਂ ਨੇ ਕੱਲ੍ਹ ਨੂੰ ਇੱਧਰ ਮੂਵ ਕਰਨਾ, ਇੱਧਰ ਕੂਚ ਕਰਨਾ, ਪਰ ਤਿਆਰੀਆਂ ਤੁਸੀਂ ਵੇਖੋ ਗਗਨ ਵੱਡੇ ਵੱਡੇ ਜਿਹੜੇ ਜਿਸ ਤਰ੍ਹਾਂ ਹੋਰ ਬਾਰਡਰਾਂ ਤੇ ਸਲੈਬ ਨੇ ਵੱਡੇ ਵੱਡੇ ਸਿਮੈਂਟ ਦੇ ਸਰੀਆਂ ਵਾਲੇ, ਉਹ ਤੁਹਾਨੂੰ ਇੱਥੇ ਵੀ ਨਜ਼ਰ ਆ ਰਹੇ। ਇਸ ਪਾਸੇ ਵੇਖੋ ਖੁੱਲੇ ਸਿਮੈਂਟ ਦੇ ਗੱਟੇ ਨੇ, ਇਹਦੇ ਨਾਲ ਕਿਤੇ ਨਾ ਕਿਤੇ ਇੱਥੇ ਬੈਰੀਗੇਟਿੰਗ ਕੀਤੀ ਜਾਣੀ ਹੈ। ਤਾਂ ਕਰਕੇ ਫਿਲਹਾਲ ਇਹ ਰਸਤਾ ਹੈ ਜਿਹੜਾ ਰੁਕ ਰੁਕ ਕੇ ਖੋਲਿਆ ਜਾ ਰਿਹਾ ਕਿਉਂਕਿ ਜਦੋਂ ਮਸ਼ੀਨ ਦੇ ਨਾਲ ਕੰਮ ਕਰਦੇ ਨੇ ਤਾਂ ਰਸਤੇ ਨੂੰ ਬਲੌਕ ਕਰ ਦਿੱਤਾ ਜਾਂਦਾ, ਟ੍ਰੈਫਿਕ ਰੁਕ ਜਾਂਦਾ, ਲੋਕਾਂ ਦੀ ਆਵਾਜਾਈ ਰੁਕ ਜਾਂਦੀ ਹੈ ਤੇ ਉਸ ਤੋਂ ਬਾਅਦ ਦੁਬਾਰਾ ਤੋਂ ਮਸ਼ੀਨ ਜਦੋਂ ਸਾਈਡ ਤੇ ਕੀਤੀ ਜਾਂਦੀ ਹੈ ਦੁਬਾਰਾ ਤੋਂ ਆਵਾਜਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ। ਡੂਮ ਵਾਲੀ ਬਾਰਡਰ ਤੇ ਖੜੇ ਆ ਅਸੀਂ, ਡੂਮ ਵਾਲੀ ਤੋਂ ਡੱਬ ਵਾਲੀ ਨੂੰ ਦਾਖਲ ਹੋਣ ਵਾਲਾ ਹੈ ਬਾਰਡਰ। ਜਿਸ ਪਾਸੇ ਕੈਮਰਾ ਨਜ਼ਰ ਆ ਰਿਹਾ ਇਹ ਉਹ ਰਸਤਾ ਹੈ ਜਿਹੜਾ ਪੰਜਾਬ ਆਲੇ ਪਾਸਿਓਂ ਡੱਬ ਵਾਲੀ ਨੂੰ ਆਉਂਦਾ ਹੈ। ਇਸ ਰਸਤੇ ਤੋਂ ਕਿਸਾਨਾਂ ਨੂੰ ਆਉਣ ਦੀ ਉਮੀਦ ਆ, ਹਾਲਾਂਕਿ ਜ਼ਿਆਦਾਤਰ ਕਿਸਾਨ ਇਸ ਰਸਤੇ ਨਹੀਂ ਆਉਣਗੇ, ਹੋਰ ਰਸਤੇ ਪਹਿਲਾਂ ਹੀ ਡਿਸਾਈਡ ਕਿਸਾਨਾਂ ਨੇ ਕਰ ਲਿਆ। ਪਰ ਫਿਰ ਵੀ ਇੰਤਜ਼ਾਮ ਨੇ ਜਿਹੜੇ ਉਹ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਕੀਤੇ ਜਾ ਰਹੇ। ਮਿੱਟੀ ਦੀਆਂ ਟਰਾਲੀਆਂ ਮੰਗਾਈਆਂ ਜਾ ਰਹੀਆਂ ਨੇ, ਜਗ੍ਹਾ ਜਗ੍ਹਾ ਤੇ ਮਿੱਟੀ ਪਾਈ ਜਾ ਰਹੀ ਹੈ, ਵੱਡੇ ਸਲੈਬ ਨੇ ਜਿਹੜੇ ਉਹ ਲਾਏ ਜਾ ਰਹੇ ਨੇ, ਸੀਸੀਟੀਵੀ ਕੈਮਰੇ ਇੰਸਟਾਲ ਕੀਤੇ ਜਾ ਰਹੇ ਨੇ, ਛੱਤਾਂ ਦੇ ਉੱਪਰ ਵੀ ਪੁਲਿਸ ਦੇ ਕਰਮਚਾਰੀ ਨੇ ਉਹ ਤੁਹਾਨੂੰ ਬੈਠੇ ਨਜ਼ਰ ਆ ਰਹੇ ਹੋਣਗੇ ਕਿਉਂਕਿ ਉੱਚੀ ਜਗ੍ਹਾ ਤੋਂ ਹਾਈਟ ਦੇ ਉੱਪਰ ਅਗਰ ਬੰਦਾ ਬਹਿੰਦਾ ਤਾਂ ਉਸ ਨੂੰ ਦੂਰ ਤੱਕ ਨਜ਼ਰ ਆਉਂਦਾ। ਤਾਂ ਕਰਕੇ ਇੰਤਜ਼ਾਮ ਨੇ ਜਿਹੜੇ ਉਹ ਕਾਫੀ ਪੁਖਤਾ ਕੀਤੇ ਜਾ ਰਹੇ ਨੇ। ਜਿਉਂ ਜਿਉਂ ਟਾਈਮ ਵਧੇਗਾ, ਜਿਉਂ ਜਿਉਂ ਦਿਨ ਹੋਰ ਵਧੇਗਾ, ਤਿਉਂ ਤਿਉਂ ਇੰਤਜ਼ਾਮ ਨੇ ਜਿਹੜੇ ਹੋਰ ਪੁਖਤਾ ਕੀਤੇ ਜਾਣਗੇ। ਹੋਰ ਵੱਡੇ ਬੈਰੀਗੇਟ ਹੈ ਲਾ ਕੇ ਇਸ ਪੂਰੇ ਇਲਾਕੇ ਨੂੰ ਛਾਉਣੀ ਦੀ ਤਰ੍ਹਾਂ ਤਬਦੀਲ ਕੀਤਾ ਜਾਣਾ। ਤੁਹਾਨੂੰ ਅੱਗੇ ਉਹ ਤਸਵੀਰਾਂ ਦਿਖਾਉਂਦੇ ਹਾਂ ਕਿ ਅੱਗੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ, ਕਿਸ ਤਰ੍ਹਾਂ ਦੇ ਪਾਣੀ ਨੂੰ ਵਾਟਰ ਕੈਨਨ ਵਾਲੀਆਂ ਗੱਡੀਆਂ ਤੋਂ ਲੈ ਕੇ ਹੋਰ ਤਮਾਮ ਤਰ੍ਹਾਂ ਦਾ ਜਿਹੜਾ ਸਾਜੋ ਸਮਾਨ ਹੈ ਉਹ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਹਰਿਆਣਾ ਸਰਕਾਰ ਕਹਿ ਰਹੀ ਹੈ ਕਿ ਲਾਅ ਐਂਡ ਆਰਡਰ ਨੂੰ ਲੈ ਕੇ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ।